ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਸਣੇ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਕਰਨ ਦੇ ਦੋਸ਼ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਏ ਜਿਨ੍ਹਾਂ ਦੇ ਕੋਲੋਂ 71,100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਕਾਬੂ ਕੀਤੇ ਦੋਨਾਂ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ 2 ਖੰਨਾ 'ਚ NDPS ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਏ। SSP ਸਾਹਿਬ ਖੰਨਾ ਜੀ ਦੀਆਂ ਸਖ਼ਤ ਦਿੱਤਾਂ ਦੇ ਸਾਰੇ ਜ਼ਿਲ੍ਹੇ ਦੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ਼ ਅਤੇ ਨਸ਼ਿਆਂ ਦੇ ਖਿਲਾਫ਼ ਸਪੈਸ਼ਲ ਮੁਹਿੰਮ ਚਲਾ ਰਹੀ ਹੈ। ਅੱਜ ਪੁਲਿਸ ਜ਼ਿਲ੍ਹਾ ਖੰਨਾ ਨੂੰ ਉਸ ਵੇਲੇ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਪ੍ਰੈਸਟਨ ਮਾਲ 'ਤੇ ਲੱਗਿਆ ਹੋਇਆ ਨਾਕਾ ਸਪੈਸ਼ਲ ਚੈਕਿੰਗ ਦੌਰਾਨ ਜਿਹੜੇ ਦੋ ਵਿਅਕਤੀ ਅਸੀਂ ਕਾਬੂ ਕੀਤੇ ਜਿਨ੍ਹਾਂ ਤੋਂ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਅਤੇ ਕਿੰਨੀ ਮਾਤਰਾ ਜੀ ਗੋਲੀਆਂ? ਇਹ ਨਸ਼ੀਲੀਆਂ ਗੋਲੀਆਂ ਟਰਾਮਾਡੋਲ ਮਾਰਕਾ 71,100 ਦੇ ਕਰੀਬ ਜਿਹੜੀਆਂ ਇਹ ਗੋਲੀਆਂ ਬਰਾਮਦ ਹੋਈਆਂ। ਇਹ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ, ਇੱਕ ਦਾ ਨਾਂ ਸੁਨੀਲ ਕੁਮਾਰ, ਇੱਕ ਦਾ ਨਾਂ ਆਸ਼ੂ ਮਸੀਹ ਹੈਗਾ। ਇਹ ਯੂਪੀ ਤੋਂ ਸਹਾਰਨਪੁਰ ਜ਼ਿਲ੍ਹੇ ਤੋਂ ਲੈ ਕੇ ਆ ਰਹੇ ਸੀ ਅਤੇ ਜਲੰਧਰ ਦੇ ਵਿੱਚ ਇਹਨਾਂ ਨੇ ਡਿਲੀਵਰੀ ਦੇਣੀ ਸੀ। ਸਰ ਕਾਹਦੇ ਵਿੱਚ ਆ ਰਹੇ? ਪਹਿਲਾਂ ਵੀ ਇਹ ਕੋਈ ਰਿਕਵਰੀ ਪਹਿਲਾਂ ਸਪੈਸ਼ਲ ਚੈਕਿੰਗ ਦੌਰਾਨ ਕਿਸੇ ਵਹੀਕਲ ਦੇ ਵਿੱਚ ਉਤਰੇ ਜਦੋਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਪੈਦਲ ਆ ਰਹੇ ਸੀ ਸਲਿੱਪ ਰੋਡ 'ਤੇ। ਕੀ ਪਹਿਲਾਂ ਵੀ ਇਹਦਾ ਕੋਈ ਮੁਕੱਦਮਾ ਦਰਜ ਹੈ? ਅਸੀਂ ਉਹ ਚੈੱਕ ਕਰ ਰਹੇ ਰਿਕਾਰਡ, ਅੱਜ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ। ਹੁਣ ਰਿਮਾਂਡ ਲਵਾਂਗੇ, ਵੱਧ ਤੋਂ ਵੱਧ ਜਿਹੜੀ ਡੀਪਲੀ ਇਨਵੈਸਟੀਗੇਸ਼ਨ ਕਰਕੇ ਜੇ ਹੋਰ ਵੀ ਕਿਸੇ ਦਾ ਇਹਦੇ ਵਿੱਚ ਪਾਰਟ ਤਫਤੀਸ਼ ਦੌਰਾਨ ਆਇਆ ਤਾਂ ਉਹਨੂੰ ਗ੍ਰਿਫਤਾਰ ਕੀਤਾ। ਕੀਮਤ ਬਣਦੀ ਇਹਦੀ? ਕੀਮਤ 20 ਤੱਕ ਹੈ, ਇੱਕ ਓਵਰੇਜ ਦਾ ਹੈਗਾ। ਅਤੇ ਕਿਹੜੇ ਦਾ ਮੁਕੱਦਮਾ ਦਰਜ ਕੀਤਾ? ਸਿਟੀ 2 ਥਾਣੇ ਦੇ ਵਿੱਚ।